ਸਤਿ ਸ਼੍ਰੀ ਅਕਾਲ, ਮੈਂ ਹਾਂ ਰਚਨਾ। ਦੈਨਿਕ ਸਵੇਰਾ ਟੀਵੀ ਦੇਖ ਰਹੇ ਦੇਸ਼ ਵਿਦੇਸ਼ ਦੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ। ਪਹਿਲਾਂ ਨਜ਼ਰ ਪਾਉਂਦੇ ਹਾਂ ਇਸ ਬੁਲੇਟਿਨ ਦੀਆਂ ਮੁੱਖ ਖਬਰਾਂ ਤੇ। ਨਾਗਰਿਕਤਾ ਸੋਧ ਕਾਨੂੰਨ ਦੇ ਖਿਲਾਫ ਅੰਮ੍ਰਿਤਸਰ ਦੇ ਲੋਕ ਹੋਏ ਇਕੱਠੇ, ਕਿਹਾ ਸ਼ਾਹੀਨ ਬਾਗ ਵਾਂਗ ਲਗਾਵਾਂਗੇ ਪੱਕਾ ਧਰਨਾ। ਦਿੱਲੀ ਦੇ ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਮਾਮਲੇ 'ਚ ਨਵਾਂ ਮੋੜ, ਅਵਤਾਰ ਸਿੰਘ ਹਿੱਤ ਨੇ ਵਾਪਸ ਲਿਆ ਕੇਸ। ਬੀਬੀ ਰਜਿੰਦਰ ਕੌਰ ਭੱਠਲ ਨੇ ਕਿਹਾ ਟੁਕੜੇ ਟੁਕੜੇ ਹੋ ਗਿਆ ਹੈ ਅਕਾਲੀ ਦਲ, ਨਿੱਤ ਹੋ ਰਹੀਆਂ ਰੈਲੀਆਂ ਸਿਆਸੀ ਭਵਿੱਖ ਦੇ ਖਤਮ ਹੋਣ ਤੇ ਲਾ ਰਹੀਆਂ ਨੇ ਮੋੜ। ਅਤੇ ਜਲੰਧਰ 'ਚ ਨਗਰ ਨਿਗਮ ਦੇ ਕਰਮਚਾਰੀਆਂ ਨੇ ਕੀਤੀ ਵਿਸ਼ਾਲ ਰੈਲੀ ਤੇ ਰੋਸ ਪ੍ਰਦਰਸ਼ਨ। ਤੇ ਹੁਣ ਖਬਰਾਂ ਵਿਸਥਾਰ ਨਾਲ। ਨਾਗਰਿਕਤਾ ਸੋਧ ਕਾਨੂੰਨ ਦੇ ਖਿਲਾਫ ਅੰਮ੍ਰਿਤਸਰ ਦੇ ਲੋਕਾਂ ਨੇ ਰੋਸ ਮੁਜ਼ਾਹਰਾ ਕੀਤਾ। ਮੁਜ਼ਾਹਰਾਕਾਰੀਆਂ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਨੇ ਨਾਗਰਿਕਤਾ ਸੋਧ ਕਾਨੂੰਨ ਵਾਪਸ ਨਾ ਲਿਆ ਤਾਂ ਅੰਮ੍ਰਿਤਸਰ ਵਿੱਚ ਵੀ ਦਿੱਲੀ ਦੇ ਸ਼ਾਹੀਨ ਬਾਗ ਦੀ ਤਰਜ਼ ਤੇ ਪੱਕਾ ਧਰਨਾ ਲਗਾ ਦਿੱਤਾ ਜਾਵੇਗਾ। ਲਗਾਤਾਰ ਨਾਗਰਿਕ ਸੰਸ਼ੋਧਨ ਐਕਟ ਅਤੇ NRC ਦੇ ਖਿਲਾਫ ਦੇਸ਼ ਅੰਦਰ ਵਿਵਾਦਿਤ ਜਿਹੜੇ ਬਿਆਨਬਾਜ਼ੀ ਉਹ ਕੀਤੀ ਜਾ ਰਹੀ ਸੀ, ਉਸ ਤੋਂ ਬਾਅਦ ਲਗਾਤਾਰ ਹਿੰਸਕ ਘਟਨਾਵਾਂ ਵੀ ਹੋਈਆਂ ਅਤੇ ਕੱਲ੍ਹ ਬੀਤੇ ਕੱਲ੍ਹ ਜਿਹੜਾ ਦੇਸ਼ ਬੰਦ ਦੀ ਐਲਾਨ ਕੀਤਾ ਗਿਆ ਸੀਗਾ, ਉਸ ਤੋਂ ਬਾਅਦ ਅੱਜ ਫਿਰ CAA NRC ਦੇ ਖਿਲਾਫ ਪ੍ਰਦਰਸ਼ਨ ਕੀਤਾ ਜਾ ਰਿਹਾ। ਸਾਡੇ ਨਾਲ ਮੌਜੂਦ ਨੇ ਅਮਰਜੀਤ ਸਿੰਘ ਆਂਸਲ। ਆਂਸਲ ਸਾਹਿਬ, ਕੀ ਕਰਨਾ ਚਾਹੁੰਦੇ ਜਿਹੜਾ ਅੱਜ ਧਰਨਾ ਦਿੱਤਾ? ਦੇਖੋ, ਦੇਸ਼ ਦੀ ਸਰਕਾਰ ਨੇ, ਮੋਦੀ ਅਤੇ ਅਮਿਤ ਸ਼ਾਹ ਨੇ ਦੇਸ਼ ਦੇ ਲੋਕਾਂ ਨੂੰ ਇਸ ਰਾਹ ਲਾਤਾ ਕਿ ਰੋਜ਼ ਹੀ ਧਰਨੇ ਪ੍ਰਦਰਸ਼ਨ ਹੋ ਰਹੇ ਆ, ਹੁੰਦੇ ਰਹਿਣੇ ਆ, ਕਿਉਂਕਿ ਮੋਦੀ ਅਤੇ ਸ਼ਾਹ ਦੀਆਂ ਜਿਹੜੀਆਂ ਨੀਤੀਆਂ ਨੇ ਉਹ ਦੇਸ਼ ਨੂੰ ਚਲਾਉਣ ਵਾਲੀਆਂ ਨਹੀਂ, ਦੇਸ਼ ਨੂੰ ਬਰਬਾਦ ਕਰਨ ਵਾਲੀਆਂ ਨੇ। ਇੱਕ ਪਾਸੇ ਅੱਜ ਅਮਰੀਕਾ ਦੇ ਰਾਸ਼ਟਰਪਤੀ ਨੂੰ ਸੱਦ ਕੇ ਦੇਸ਼ ਵੇਚਣੇ ਲਾਇਆ ਔਰ ਅਰਬਾਂ ਮਿਲੀਅਨ ਦੀ ਜਿਹੜੀ ਆ, ਅਰਬਾਂ ਡਾਲਰ ਜਿਹੜਾ ਆ ਉਹ ਖਰੀਦੋ ਫਰੋਖਤ ਹਥਿਆਰਾਂ ਦੀ ਹੋਣੀ ਆ ਔਰ ਝੁੱਗੀਆਂ ਲਕਾਈਆਂ ਜਾ ਰਹੀਆਂ ਔਰ ਦੇਸ਼ ਜਿਹੜਾ ਬਰਬਾਦੀ ਦੇ ਕੰਢੇ ਆ, ਅਮੀਰੀ ਗਰੀਬੀ ਦਾ ਪਾੜਾ ਇੰਨਾ ਜ਼ਿਆਦਾ ਵੱਧ ਗਿਆ ਕਿ ਉਸ ਪਾਸੇ ਇਹਨਾਂ ਨੂੰ ਕੋਈ ਧਿਆਨ ਨਹੀਂ। ਲੋਕਾਂ ਦਾ ਧਿਆਨ ਬਦਲਣ ਦੇ ਲਈ ਆ CAA ਕਾਨੂੰਨ, NRC, NPR ਲਿਆਂਦੇ ਗਏ ਆ। ਅੱਜ ਸਾਰੇ ਮੁਲਕ ਦਾ ਬੱਚਾ ਉੱਠ ਖੜਾ, ਕਿਉਂਕਿ ਅੱਜ ਲੋੜ ਇਹ ਆ ਕਿ ਸਾਰੇ ਲੋਕ ਆਪਸ ਵਿੱਚ ਮਿਲ ਜੁਲ ਕੇ ਜਿੱਦਾਂ ਰਹਿੰਦੇ ਆ ਇਹ ਸੁਖੀ ਵੱਸਣ, ਇਹਨਾਂ ਦੇ ਬੱਚਿਆਂ ਨੂੰ ਵਿੱਦਿਆ ਦਿਓ, ਇਹਨਾਂ ਨੂੰ ਰੁਜ਼ਗਾਰ ਦਿਓ, ਅਮਨ ਕਾਨੂੰਨ ਦੀ ਹਾਲਤ ਠੀਕ ਕਰੋ, ਇਹਨਾਂ ਨੂੰ ਸਿਹਤ ਸਹੂਲਤਾਂ ਦਿਓ, ਨਾ ਕਿ ਇਹਨਾਂ ਨੂੰ ਧਰਮਾਂ ਦੇ ਨਾਂ 'ਤੇ, ਜਾਤਾਂ ਦੇ ਨਾਂ 'ਤੇ, ਫਿਰਕਿਆਂ ਦੇ ਨਾਂ 'ਤੇ ਵੰਡੋ। ਸੋ ਇਸ ਦੇ ਵਿਰੁੱਧ ਵਿੱਚ ਇੱਕ ਸਾਰੇ ਭਾਈਚਾਰੇ 'ਚ ਇਕੱਠੇ ਹੋਏ ਆ, ਜਿਹਦੇ ਵਿੱਚ ਮੁਸਲਿਮ ਵੀਰ ਨੇ, ਸਿੱਖ ਵੀਰ ਆਏ ਆ, ਦਲਿਤ ਭਾਈਚਾਰੇ ਦੇ ਲੋਕ ਆ, ਖੱਬੀਆਂ ਪਾਰਟੀਆਂ ਦੇ ਲੋਕ ਆ। ਇੱਕ ਜੁੜਤਾ ਦੀ ਸ਼ੁਰੂਆਤ ਆ, ਅੱਜ ਇੱਕ ਲਿਹਾਜ਼ ਨਾਲ ਸ਼ੁਰੂਆਤ ਆ, ਪਹਿਲਾਂ ਅਲੱਗ ਅਲੱਗ ਦੇ ਪ੍ਰਦਰਸ਼ਨ ਬੜੇ ਹੋ ਚੁੱਕੇ ਆ, ਪਰ ਇੱਕ ਜੁੜਤਾ ਦੀ ਸ਼ੁਰੂਆਤ ਹੋਈ ਆ, ਇਹਦੇ ਤੋਂ ਅੱਗੇ ਵੀ ਲੈ ਕੇ ਜਾਵਾਂਗੇ। ਅਸੀਂ ਸੋਚ ਰਹੇ ਹਾਂ ਕਿ ਅੰਮ੍ਰਿਤਸਰ ਦੇ ਵਿੱਚ ਇੱਕ ਪੱਕਾ ਸ਼ਹੀਨ ਬਾਗ ਵੀ ਬਣਾਇਆ ਜਾਵੇ ਤਾਂ ਕਿ ਮੋਦੀ ਸ਼ਾਹ ਜਿੰਨਾ ਚਿਰ ਤੱਕ ਆਪਣੀਆਂ ਪਾਲਿਸੀਆਂ ਨਹੀਂ ਬਦਲਦੇ, ਇਹ ਕਾਲੇ ਕਾਨੂੰਨਾਂ ਨੂੰ ਵਾਪਸ ਨਹੀਂ ਲੈਂਦੇ, ਇਹ ਅੰਦੋਲਨ ਚੱਲਦਾ ਰਹੇ। ਆਂਸਰ ਸਾਹਿਬ, ਭਾਰਤੀ ਜਨਤਾ ਪਾਰਟੀ ਕਹਿੰਦੀ ਹੈ ਵੀ CAA ਜਿਹੜਾ ਉਹ ਕਾਨੂੰਨ ਬਣਾਇਆ ਗਿਆ, ਨਾਗਰਿਕਤਾ ਦੇਣ ਦਾ ਕਾਨੂੰਨ ਹੈ, ਨਾਗਰਿਕ ਖੋਣ ਦਾ ਕਾਨੂੰਨ ਨਹੀਂ ਹੈ। CAA ਨਾਗਰਿਕਤਾ ਦੇਣ ਦਾ ਕਾਨੂੰਨ ਇਕੱਲਾ ਨਹੀਂ, ਉਹ ਦੇਸ਼ ਦੇ ਲੋਕਾਂ ਨੂੰ ਪਾੜਨ ਵਾਲਾ ਕਾਨੂੰਨ ਆ। ਦੇਖੋ, ਸਾਡੇ ਬੱਚੇ ਇੰਗਲੈਂਡ ਜਾਂਦੇ ਆ, ਸਾਡੇ ਬੱਚੇ ਕੈਨੇਡਾ ਜਾਂਦੇ ਆ, ਆਸਟ੍ਰੇਲੀਆ ਜਾਂਦੇ ਆ, ਅਮਰੀਕਾ ਜਾਂਦੇ ਆ, ਉਹਨਾਂ ਮੁਲਕਾਂ ਦੀਆਂ ਜਦੋਂ ਫਾਰਮੈਲਿਟੀਆਂ 2-3 ਸਾਲ 'ਚ ਪੂਰੀਆਂ ਕਰ ਲੈਂਦੇ ਆ, ਉਹਨੂੰ ਸਿਟੀਜ਼ਨਸ਼ਿਪ ਮਿਲ ਜਾਂਦੀ ਆ। ਪਰ ਜਿਹੜਾ ਇਹ ਕਾਨੂੰਨ ਲੈ ਕੇ ਆਏ ਆ ਕਿ 31 ਦਸੰਬਰ 2014 ਨੂੰ ਅਫਗਾਨਿਸਤਾਨ, ਪਾਕਿਸਤਾਨ ਅਤੇ ਬੰਗਲਾਦੇਸ਼ ਦੇ ਵਿੱਚੋਂ ਜਿਹੜੇ ਵੀ ਲੋਕ ਆਏ ਆ ਧਰਮਾਂ ਦਾ ਨਾਂ ਲੈ ਕੇ, ਮੁਸਲਮਾਨਾਂ ਨੂੰ ਛੱਡ ਕੇ ਬਾਕੀ ਸਾਰਿਆਂ ਨੂੰ ਪੱਕੇ ਕਰਾਂਗੇ, ਮੁਸਲਮਾਨਾਂ ਦਾ ਕੀ ਕਸੂਰ ਆ ਜੀ? ਜਿਹਦੀ ਸ਼ਾਦੀ ਇੱਥੇ ਹੋ ਗਈ, ਜਿਹਦਾ ਕਾਰੋਬਾਰ ਇੱਥੇ ਹੋ ਗਿਆ, ਜਿਹੜਾ ਵਸਣ ਲੱਗ ਗਿਆ, ਸਾਡੇ ਮੁਸਲਿਮ ਪਰਿਵਾਰਾਂ ਦੀਆਂ ਅੱਧਿਆਂ ਦੀਆਂ ਅਤੇ ਰਿਸ਼ਤੇਦਾਰੀਆਂ ਉੱਧਰ ਆ, ਕਿਸੇ ਦੀ ਬੇਟੀ ਉੱਥੇ ਆ, ਕਿਸੇ ਦਾ ਬੇਟਾ ਉੱਧਰ ਗਿਆ, ਕਿਸੇ ਦਾ ਭਾਈਚਾਰਾ ਮਾਮਾ ਉੱਥੇ ਆ, ਕਿਸੇ ਦੀ ਭੂਆ ਉੱਥੇ ਆ। ਆਹ ਵੰਡਦੇ ਹੁਣ ਕਰਤਾਰਪੁਰ ਦੇ ਵਿੱਚ ਇੱਕ ਬੀਬੀ 73 ਸਾਲ ਦੀ ਆ, ਮਾਤਾ ਉਹਦੀ ਸ਼ਾਇਦ 100 ਸਾਲ ਦੇ ਲੱਗ ਗਏ ਆ, ਉਹ ਹੁਣ ਇਕੱਠੀਆਂ ਹੋਈਆਂ।
ਇਹ ਨਾਗਰਿਕਤਾ ਦਾ ਕਾਨੂੰਨ ਮਨੁੱਖ ਲਈ ਹੋਣਾ ਚਾਹੀਦਾ, ਨਾਗਰਿਕ ਵਾਸਤੇ ਹੋਣਾ ਚਾਹੀਦਾ, ਨਾ ਕਿ ਧਰਮਾਂ ਦੇ ਨਾਂ ਦੇ ਉੱਤੇ। ਪਰ ਘੱਟ ਗਿਣਤੀ ਜਿਹੜੇ ਨੇ, ਤੁਸੀਂ ਜਿਵੇਂ ਗੱਲ ਕੀਤੀ ਹੈ ਬੰਗਲਾਦੇਸ਼ ਦੀ, ਪਾਕਿਸਤਾਨ ਦੀ ਜਾਂ ਹੋਰ ਵੀ ਅਫਗਾਨਿਸਤਾਨ ਦੀ ਗੱਲ ਕੀਤੀ ਹੈ, ਉੱਥੇ ਸੁਰੱਖਿਅਤ ਨਹੀਂ ਨੇ। ਜਦੋਂ ਦਾ ਇਹ ਬਿੱਲ ਸਰਕਾਰ ਨੇ ਲਿਆਉਂਦਾ ਹੈ, ਕਾਫੀ ਪਰਿਵਾਰ ਜਿਹੜੇ ਨੇ ਇਹ ਦੋ ਮੁਲਕ ਛੱਡ ਕੇ ਇੰਡੀਆ ਵੱਲ ਆ ਰਹੇ ਨੇ। ਜਿਹੜੇ ਮੁਲਕ ਧਰਮਾਂ ਦੇ ਨਾਂ 'ਤੇ ਆ, ਉੱਥੇ ਕਈ ਤਰ੍ਹਾਂ ਦੀਆਂ ਗੱਲਾਂ ਵਾਪਰਦੀਆਂ, ਪਰ ਹਿੰਦੁਸਤਾਨ ਭਾਰਤ ਸਾਡਾ ਇਹ ਧਰਮਾਂ ਦੇ ਨਾਂ 'ਤੇ ਨਹੀਂ। ਸਾਡਾ ਸੰਵਿਧਾਨ ਸਾਰਿਆਂ ਨੂੰ ਹੱਕ ਦਿੰਦਾ ਬਰਾਬਰ, ਅਤੇ ਇਹ ਪ੍ਰਜਾਤੰਤਰ ਆ, ਲੋਕਤੰਤਰ ਆ, ਸਮਾਜਵਾਦੀ ਆ, ਇੱਥੇ ਹਰ ਕੋਈ ਬਰਾਬਰ ਆ, ਹਰ ਇੱਕ ਦੀ ਇੱਕ ਵੋਟ ਆ। ਸਾਡੇ ਸੰਵਿਧਾਨ ਦੇ ਮੁਤਾਬਕ ਧਰਮ, ਜਾਤ, ਲਿੰਗ ਦੇ ਨਾਂ 'ਤੇ ਕਿਸੇ ਨਾਲ ਵਿਤਕਰਾ ਨਹੀਂ ਕੀਤਾ ਜਾ ਸਕਦਾ, ਅਮੀਰ ਗਰੀਬ ਦੇ ਨਾਂ 'ਤੇ ਕਿਸੇ ਨਾਲ ਨਹੀਂ ਵਿਤਕਰਾ ਕੀਤਾ। ਅਸੀਂ ਪ੍ਰਜਾਤੰਤਰ ਦੇ ਵਿੱਚ ਸਾਰੇ ਬਰਾਬਰ ਹਾਂ। ਰਾਸ਼ਟਰਪਤੀ ਦੀ, ਮੋਦੀ ਦੀ ਵੀ ਇੱਕ ਵੋਟ ਆ, ਮੇਰੀ ਵੀ ਇੱਕ ਵੋਟ ਆ, ਰਿਕਸ਼ਾ ਚਲਾਉਣ ਵਾਲੇ ਦੀ ਵੀ ਇੱਕ ਵੋਟ ਆ, ਕਾਰਖਾਨੇ ਦੇ ਮਜ਼ਦੂਰ ਦੀ ਵੀ ਇੱਕ ਵੋਟ ਆ। ਇਸ ਕਰਕੇ ਇਸ ਮੁਲਕ ਦੇ ਵਿੱਚ ਇੱਦਾਂ ਦਾ ਕਾਨੂੰਨ ਲਾਗੂ ਨਹੀਂ ਕੀਤਾ ਜਾ ਸਕਦਾ। ਪੰਜਾਬ ਸਰਕਾਰ ਨੇ ਤਾਂ ਸਾਫ਼ ਸਾਫ਼ ਕਹਿ ਦਿੱਤਾ ਜੀ, ਜਿਹੜਾ ਨਾਗਰਿਕ ਸੰਸ਼ੋਧਨ ਐਕਟ ਹੈ ਉਹ ਇੱਥੇ ਲਾਗੂ ਨਹੀਂ ਹੋਣ ਦਿੱਤਾ ਜਾਊਗਾ। ਪੰਜਾਬ ਸਰਕਾਰ ਨੇ ਚੰਗਾ ਕੰਮ ਕੀਤਾ, ਲੇਕਿਨ ਪੰਜਾਬ ਸਰਕਾਰ ਅਜੇ NPR ਬਾਰੇ ਨਹੀਂ ਬੋਲੀ ਕਿ ਨੈਸ਼ਨਲ ਪਾਪੂਲੇਸ਼ਨ ਰਜਿਸਟਰ ਵਿੱਚ ਅਸੀਂ ਇਹਦੀ ਗਿਣਤੀ ਨਹੀਂ ਹੋਣ ਦਿਆਂਗੇ। ਪੰਜਾਬ ਸਰਕਾਰ ਨੇ ਇਹਦੇ 'ਤੇ ਕੋਈ ਬਿਆਨ ਨਹੀਂ ਦਿੱਤਾ। ਜਿਹੜਾ CA 'ਤੇ ਕਾਨੂੰਨ ਕੀਤਾ, ਬੜਾ ਚੰਗਾ ਕੀਤਾ, ਕਿਉਂਕਿ ਪਹਿਲਾਂ ਕੇਰਲ ਦੀ ਗੌਰਮੈਂਟ ਨੇ ਕੀਤਾ, ਹੋਰ ਗੌਰਮੈਂਟਾਂ ਨੇ ਕੀਤਾ, ਔਰ ਅਸੀਂ ਬੇਨਤੀ ਕਰਾਂਗੇ ਕਿ ਜਿੱਥੇ ਵੀ BJP ਤੋਂ ਬਗੈਰ ਸਰਕਾਰਾਂ ਨੇ, ਕਾਂਗਰਸ ਦੀਆਂ ਸਰਕਾਰਾਂ ਨੇ, ਦੂਜੀਆਂ ਸਰਕਾਰਾਂ ਨੇ, ਸਾਰਿਆਂ ਨੂੰ ਇਹ ਕਾਨੂੰਨ ਪਾਸ ਕਰਨੇ ਚਾਹੀਦੇ ਆ, ਰੈਜੂਲੇਸ਼ਨ ਪਾਸ ਕਰਨੇ ਚਾਹੀਦੇ ਆ, ਔਰ NPR 'ਤੇ ਸਖ਼ਤ ਸਟੈਂਡ ਲੈਣਾ ਚਾਹੀਦਾ। ਪਰ BJP ਆਖਰੀ ਵੀ ਇਸ ਅਸੰਵਿਧਾਨਿਕ ਹੈ, ਜਦੋਂ ਲੋਕ ਸਭਾ ਨੇ ਅਤੇ ਰਾਜ ਸਭਾ ਨੇ ਇੱਕ ਕਾਨੂੰਨ ਬਣਾਤਾ, ਤਾਂ ਕੋਈ ਵੀ ਸਰਕਾਰ ਜਿਹੜੀ ਸਟੇਟ ਸਰਕਾਰ ਹੈ ਉਹਨੂੰ ਲਾਗੂ ਕਰਨ ਤੋਂ ਮਨਾ ਨਹੀਂ ਕਰ ਸਕਦੀ। ਦੇਖੋ ਜੀ, ਲੋਕ ਸਭਾ ਦੇ ਵਿੱਚ ਇੱਕ ਪਾਰਟੀ ਦੀ ਮੈਜੋਰਟੀ ਕਈ ਵਾਰੀ ਬੜੀ ਆ ਜਾਂਦੀ, ਕਾਂਗਰਸ ਦੀ ਵੀ ਬੜੀ ਆਈ ਸੀ, ਅੱਜ BJP ਦੀ ਆਈ ਆ, ਅਗਲੀ ਵਾਰ ਨੂੰ BJP ਲੱਭਣੀ ਨਹੀਂ। ਉਸ ਮੈਜੋਰਟੀ ਦੇ ਕਾਨੂੰਨ ਦੇ ਨਾਲ ਉਹ ਦੇਸ਼ ਥੋੜ੍ਹੀ ਚੱਲਣਾ, ਦੇਸ਼ ਤਾਂ ਦੇਸ਼ ਦੇ ਲੋਕਾਂ ਨਾਲ ਚੱਲਣਾ, ਸਾਡੇ ਲੋਕਾਂ ਦਾ ਰੁਝਾਨ ਕੀ ਆ, ਸਾਡੇ ਸੰਵਿਧਾਨ ਦੇ ਨਾਲ ਚੱਲਣਾ, ਜੋ ਸੰਵਿਧਾਨ ਕਹਿੰਦਾ ਸੰਵਿਧਾਨ ਦੇ ਖਿਲਾਫ਼ ਇਹ ਫੈਸਲਾ, ਔਰ ਸਾਨੂੰ ਆਸ ਹੈ ਕਿ ਸੁਪਰੀਮ ਕੋਰਟ ਵੀ ਇਹਦੇ ਉੱਤੇ ਆਪਣਾ ਵਰਸ਼ਨ ਜਿਹੜੀ ਦੇ। ਅਗਲੀ ਰਣਨੀਤੀ ਕੀ ਘੜੀ ਗਈ ਹੈ ਜੀ? ਅਸੀਂ ਸਾਰੀਆਂ ਜਥੇਬੰਦੀਆਂ ਦੀ ਮੀਟਿੰਗ ਕਰਕੇ ਪ੍ਰੋਗਰਾਮ ਬਣਾ ਰਹੇ ਹਾਂ ਕਿ ਅੰਮ੍ਰਿਤਸਰ ਦੇ ਵਿੱਚ ਵੀ ਅਸੀਂ ਸ਼ਹੀਨ ਬਾਗ ਦੀ ਤਰ੍ਹਾਂ ਇੱਥੇ ਪੱਕਾ ਧਰਨਾ ਲਾ ਕੇ ਬੈਠੀਏ। ਅਤੇ ਇਹ ਸਨ ਅਮਰਜੀਤ ਸਿੰਘ ਆਂਸਲ ਅਤੇ ਹੋਰ ਵੀ ਜਿਹੜੇ ਜਥੇਬੰਦੀ ਦੇ ਨੁਮਾਇੰਦੇ ਇੱਥੇ ਅੱਜ CAA ਅਤੇ NPR ਦੇ ਖਿਲਾਫ਼ ਇਕੱਠੇ ਹੋਏ ਨੇ, ਔਰ ਲਗਾਤਾਰ ਕੇਂਦਰ ਸਰਕਾਰ ਨੂੰ ਇਹੀ ਮੰਗ ਕੀਤੀ ਜਾ ਰਹੀ ਹੈ ਵੀ ਇਹ ਜਿਹੜੇ ਬਿੱਲ ਹੈ ਇਹਨੂੰ ਵਾਪਸ ਲਿਆ ਜਾਵੇ, ਕਾਲੇ ਕਾਨੂੰਨ ਨੂੰ ਵਾਪਸ ਲਿਆ ਜਾਵੇ, ਨਹੀਂ ਤਾਂ ਅੰਮ੍ਰਿਤਸਰ ਵਿੱਚ ਵੀ ਸ਼ਾਹੀਨ ਬਾਗ ਦੀ ਤਰਜ਼ 'ਤੇ ਪੱਕਾ ਧਰਨਾ ਲਗਾਉਣ ਦੀ ਜਿਹੜੀ ਉਹ ਇਹਨਾਂ ਨੇ ਐਲਾਨ ਅੱਜ ਕਰ ਦਿੱਤਾ ਹੈ। ਕੈਮਰਾ ਪਰਸਨ ਵਿਪਨ ਸ਼ਰਮਾ ਨਾਲ ਸਿਕੰਦਰ ਪਸੀਚਾ, ਦੈਨਿਕ ਸਵੇਰਾ TV, ਅੰਮ੍ਰਿਤਸਰ। ਦਿੱਲੀ ਦੇ ਸ਼੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਮਾਮਲੇ ਵਿੱਚ ਉਸ ਸਮੇਂ ਨਵਾਂ ਮੋੜ ਆ ਗਿਆ ਜਦੋਂ ਅਵਤਾਰ ਸਿੰਘ ਹਿੱਤ ਵੱਲੋਂ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਖਿਲਾਫ਼ ਕੀਤਾ ਗਿਆ ਕੇਸ ਵਾਪਸ ਲੈ ਲਿਆ ਗਿਆ। ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਸਪਸ਼ਟ ਕੀਤਾ ਕਿ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਤਤਕਾਲੀ ਜਥੇਦਾਰ ਭਾਈ ਰਣਜੀਤ ਸਿੰਘ ਦੇ ਯਤਨਾਂ ਸਦਕਾ ਇਹ ਸਕੂਲ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਨੂੰ ਸੌਂਪਿਆ ਗਿਆ ਸੀ। ਸ਼੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਦੇ ਵਿਵਾਦ 'ਚ ਇੱਕ ਨਵਾਂ ਮੋੜ ਸਾਹਮਣੇ ਆਇਆ। ਜਾਣਕਾਰੀ ਦੇ ਮੁਤਾਬਕ ਦਿੱਲੀ ਦੀ ਅਦਾਲਤ ਦੇ ਵਿੱਚ ਤਖ਼ਤ ਸ੍ਰੀ ਪਟਨਾ ਸਾਹਿਬ ਦੇ ਪ੍ਰਧਾਨ ਅਵਤਾਰ ਸਿੰਘ ਹਿੱਤ ਦੇ ਵੱਲੋਂ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਖਿਲਾਫ਼ ਸਕੂਲ ਨੂੰ ਲੈ ਕੇ ਕੇਸ ਲਗਾਇਆ ਗਿਆ, ਜਿਸ ਨੂੰ ਕਿ ਹੁਣ ਪ੍ਰਧਾਨ ਅਵਤਾਰ ਹਿੱਤ ਦੇ ਵੱਲੋਂ ਵਾਪਸ ਲੈ ਲਿਆ ਗਿਆ। ਬੀਤੇ ਦਿਨੀ ਇਸ ਸਕੂਲ ਨੂੰ ਆਪਣਾ ਕਹਿਣ ਵਾਲੇ ਅਵਤਾਰ ਹਿੱਤ ਦੇ ਵੱਲੋਂ ਹੁਣ ਇੱਥੋਂ ਤੱਕ ਕਹਿ ਦਿੱਤਾ ਗਿਆ ਕਿ ਇਹ ਸਕੂਲ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਹੀ ਹੈ, ਜਿਸ ਨੂੰ ਕਿ ਹੁਣ ਕਮੇਟੀ ਦੇ ਵੱਲੋਂ ਹੀ ਚਲਾਇਆ ਜਾਵੇਗਾ। ਕੋਰਟ 'ਚ ਮੈਟਰ ਗਿਆ ਕਿ ਕੋਰਟ ਜਿਹੜਾ ਸਕੂਲ ਹੈ ਇਹ ਸੁਸਾਇਟੀ ਦੇ ਨਾਂ 'ਤੇ, ਇਹਦਾ ਸੁਸਾਇਟੀ ਦੇ ਨਾਲ ਅਲੋਟਮੈਂਟ ਹੈ ਜੀ। ਇਹ ਅਕਾਲ ਤਖ਼ਤ ਦੇ ਕਹਿਣ ਦੇ ਉੱਤੇ ਸਕੂਲ ਦਿੱਤਾ ਗਿਆ ਕਮੇਟੀ ਨੂੰ, ਕਮੇਟੀ ਚਲਾ ਰਹੀ ਹੈ ਉਹਨੂੰ। ਉੱਥੇ ਕਿਸੇ ਦਾ ਕਬਜ਼ਾ ਨਹੀਂ, ਕਿਸੇ ਨੇ ਕਬਜ਼ਾ ਕੀਤਾ ਨਹੀਂ, ਨਾ ਉੱਥੇ ਕੋਈ ਕਬਜ਼ਾ ਕਰ ਸਕਦਾ। ਮੈਂ ਇਹਨਾਂ ਨਾਲ ਇਹ ਮੇਰਾ ਗੁੱਸੇ ਹੋ ਗਿਆ, ਮੈਂ ਗੁੱਸੇ ਜਾ ਕੇ ਮੈਂ ਕੇਸ ਪਾਤਾ। ਹਾਈ ਕਮਾਂਡ ਦੇ ਕੋਲ ਚਲੇ ਗਿਆ, ਹਾਈ ਕਮਾਂਡ ਨੇ ਮਨਾ ਕਰਤਾ ਮੈਨੂੰ, ਸਰ ਸੁਖਬੀਰ ਸਿੰਘ ਬਾਦਲ ਨੇ ਹੁਕਮ ਕੀਤਾ, ਉਹਨੇ ਕਹਿ ਤਾ ਕੇਸ ਨਹੀਂ ਪਾਉਣਾ। ਮੈਂ ਕਿਹਾ ਜੇ ਨਹੀਂ ਪਾਉਣਾ, ਮੈਂ ਗੁਜਰਾਤ ਕੋਈ ਫਰਜ਼ੀ ਲੈਟਰ ਨਹੀਂ, ਸਭ ਠੀਕ ਆ, ਸਭ ਜੋ ਕੁਛ ਮੈਂ ਕੀਤਾ ਠੀਕ ਕੀਤਾ। ਮੈਂ ਕੇਸ ਵਾਪਸ ਵਿਡਰਾ ਕਰ ਲਿਆ, ਜੋ ਮੈਂ ਪਾਇਆ ਮੈਂ ਵਿਡਰਾ ਕਰ ਲਿਆ, ਗੱਲ ਹੋ ਗਈ। ਇਸ ਤੋਂ ਅੱਗੇ ਕੋਈ ਸਵਾਲ ਨਹੀਂ, ਕੋਈ ਜਵਾਬ ਨਹੀਂ। ਮੇਰੇ ਕੋਲ ਸਮਨ ਨਹੀਂ ਕੀਤਾ ਬਿਲਕੁਲ ਵੀ,
कोई समझ नहीं, वो समझ ने खुद करवाया कह के उठे जा के बोल बोल के, बाकी कुछ नहीं है ना समण खोया ना करा ना मनजीत सिंह जी के दह ना मेरा होया। और मैं इस स्कूल का कमेटी चलाऊंगी, कमेटी का मालिक हाँ, मैं केस का विड्रा करा, मैं कल ही विड्रा कर देना जाके मेरा कुछ स्कूल हूँ मैं विड्रा करा, मैं केस नहीं चलाना, कमेटी का स्कूल है, कमेटी वो मालिक है, कमेटी चलाऊगी स्कूल, ना कोई मुकदमा मैं करना ना मैं मुकदमा चलाना, मैं तरीक जी पही है उस तो पहले जाके मैं आप विड्रा करना। इस नाल ही जिथे दिल्ली सिख गुरुद्वारा मैनेजमेंट कमेटी के प्रधान मनजिंदर सिंह सिरसा ने कहा कि स्कूल श्री अकाल तख्त साहिब वालों कमेटी को दिता गया, उत्थे ही उन्होंने वालों मनजीत जीके ते भी आरोप लगाए गए। सुखो खालसा स्कूल जो कि जिहड़ा कि जथेदार अकाल तख्त साहब उस वेले दे भाई रणजीत सिंह जी के आदेशों के उत्ते दिल्ली सिख गुरुद्वारा मैनेजमेंट कमेटी को मिलिया सी, और 30 साल तो दिल्ली सिख गुरुद्वारा मैनेजमेंट कमेटी के कोल आ। मैनूं भाई रणजीत सिंह जी ने दस्या कि जदों इह स्कूल लिया सी उस वेले दे प्रधान सेठी साहब और वालिया जी जिहड़े उस वेले जनरल सकत्तर सी, उन्होंने बकायदा अमृतसर जाके जथेदार साहब ने जानकारी दी सी लिखती तौर पर भी यह सुसायटी जिहड़ी आ सुखो खालसा सुसायटी इसनों ये सारे मैंबर जिहड़े आ हित साहब के बंदे रिजाइन करा के दिल्ली कमेटी के मैंबर बना दिए गए हैं, और वो फाइल वालिया साहब को मौजूद आ। मैंने जथेदार साहब ने कहा उन्होंने को भी वह भी कॉपी देंगे, लेकिन जिहड़ा ये विवाद खड़ा किया गया और कोर्ट अंदर बकायदा केस पाया गया, जो असं अच्छ सवेरे कोर्ट च गए हाँ हैरानगी जाने तत् सामने आए कि मनजीत सिंह जीके ने ऑलरेडी 2016 के अंदर अवतार सिंह हित ने सुसायटी ये जगह दे दी 4/4/2016 एक ये दिखा के कि रेजुलेशन पास करता इस सुसायटी वास्ते एग्जैक्टिव कमेटी ने, जबकि ना ही कभी ऐसी कोई एग्जैक्टिव कमेटी हुई सी, ना ही कोई ऐसा रेजुलेशन पास होया सी, और चिट्ठी तो जो नंबर लाया वह भी नकली आ, और इस चिट्ठी के तहत सुखो खालसा कॉलेज ने सुसायटी ने स्कूल की अज कोर्ट च जाके मंग की। असी जज साहब नूं एक एक तत्थ दस्या ये फ्रॉड किया जा रहा है, मनजीत सिंह जी के उही आ जिसने पहला भी यह फ्रॉड किया, 400 दे उत्ते मुकदमा दर्ज होया, जज साहब ने उन्होंने मुकदमे दर्ज कराए 420। जज साहब बड़े हैरान हुए सुन के कि दिल्ली कमेटी के प्रधान से मुकदमे दर्ज ने, मैं कहा जी बिल्कुल, और यही काम उन्होंने पहला किया अपने सहुरे की जायदाद हड़प्पण वास्ते इस तरीके नकली कागज बनाए जिस तरह हम सुखो खालसा कॉलेज ने किया है, और कोर्ट चो जाके इस तरह रिलीफ लैके अपने सहुरे नूं जायदाद वापस करती 100 करोड़ रुपए की। असी जज साहब दस्या ये मिलकर इन्होंने आपस अंदर जड़ियाँ जप्पियां पा के फ्रॉड करने की कोशिश की आ, सुखो सुसायटी को राइट नहीं, पिछले 30 साल तो असं स्कूल चला रहे हैं, फीस असी दे रहे हैं, बिल असी दे रहे हैं, हाउस टैक्स असी भर रहे हैं, तनखावां असी दे रहे हैं, और स्कूल इन्हां दा हो जाएगा। दस दिए कि पिछले कुछ दिनों तो स्कूल नूं लैके अवतार सिंह हित ते दिल्ली गुरुद्वारा कमेटी के विचाले विवाद चल रहा है, स्कूल नूं लैके हित दे वलों दावा किया जा रहा है कि स्कूल उन्हां दा ते दिल्ली की कमेटी से उन्होंने वड्डे इल्जाम भी लगाए सन, पर बीते दिन कमेटी से ही इल्जाम लगाने वाले हित ने इस केस नूं वापस जरूर ले लिया। दिल्ली तो नितिन तिमान, दैनिक सवेरा टीवी। पंजाब दी साबका मुख्यमंत्री बीबी राजेंद्र कौर पठल ने कहा कि अकाली दल कई टुकड़ियां विच वंडिया गया है, नित दिन हो रही रैलियां इस गल ते मोर लगांदियां ने कि अकाली दल दा सियासी भविख खत्म हो गया है। कांग्रेस की सीनियर आगू अते पंजाब योजना बोर्ड की उप चेयरमैन बीबी राजेंद्र कौर पठल ने लहरा गागा विच संगत दर्शन दौरान लोगों दी मुश्किलां सुनियां अते सब डिवीजन पद्धर दे अधिकारियों नूं पहल दे आधार ते मुश्किलां दा निपटारा करन दी हिदायत दित्ती। इस मौके बीबी पठल ने ऐलान किया कि पिंडां दे नाल लगदे वार्डां च पानी दी मुश्किल सामने आई है, जिस नूं देखदे होए 2 महीनियां अंदर हल कर दित्ता जाएगा। ਤੇ ਅਸੀਂ ਇਹਦੀ ਬਾਕਾਇਦਾ ਦੂਜੇ ਮਹੀਨੇ ਤੀਜੇ ਮਹੀਨੇ ਰਿਪੋਰਟ ਦੇ ਦੇਵਾਂਗੇ ਤਾਂ ਕਿ ਸਾਡਾ ਅਪ ਟੂ ਡੇਟ ਕੰਮ ਹੋ ਸਕੇ, ਸ਼ਹਿਰ ਸਾਡਾ ਲਹਿਰਾ ਖੂਬਸੂਰਤ ਸ਼ਹਿਰ ਬਣ ਸਕੇ। ਕਿਹੜੀ ਮੇਨ ਵਰਕ ਨੂੰ ਲੈ ਕੇ ਜਿਹੜਾ ਅੱਜ ਜਿਵੇਂ ਪਾਣੀ ਮੇਨ ਜਿਵੇਂ ਅਸੀਂ ਵੱਡਾ ਪਾਣੀ ਹੈ 9 ਵਾਰਡ ਦੇ ਉੱਧਰ 9 ਵਾਰਡਾਂ ਦੇ ਵਿੱਚ ਪਾਣੀ ਪੀਣ ਵਾਲਾ ਜਾਂਦਾ ਨਹੀਂ ਸੀ, ਅੱਜ ਅਸੀਂ ਮੁੱਖ ਮੁੱਦਾ ਉਹ ਲਿਆ ਕਿ ਸਾਡੇ ਪਿੰਡ ਵਾਲੇ ਪਾਸੇ ਅਸੀਂ 2 ਮਹੀਨਿਆਂ ਤੋਂ ਬਾਅਦ ਉੱਥੇ ਸਾਡੇ ਪੀਣ ਵਾਲੇ ਪਾਣੀ ਦੀ ਕੋਈ ਦਿੱਕਤ ਨਹੀਂ ਰਹਿਣ ਦੇਣੀ, ਉਹ ਅਸੀਂ ਵੱਡਾ ਮਕਸਦ ਹੱਲ ਕਰ ਰਹੇ ਹਾਂ, ਚਾਹੇ ਉੱਥੇ ਕਰੋੜ ਲੱਗੇ 2 ਕਰੋੜ ਲੱਗੇ 3 ਲੱਗੇ 5 ਲੱਗੇ, ਉਹ ਅਸੀਂ ਮਕਸਦ ਹੱਲ ਕਰਨ ਵਾਸਤੇ ਅੱਜ ਅਸੀਂ ਟੌਪ ਪ੍ਰਾਇਓਰਟੀ ਤੋਂ ਕੰਮ ਚੁਣਿਆ। 400 ਪਰਿਵਾਰ ਵੱਖੋ ਵੱਖਰੇ ਪਿੰਡਾਂ ਤੋਂ ਆ ਕੇ ਅੱਜ ਕਾਂਗਰਸ ਪਾਰਟੀ ਦਾ ਉਹਨਾਂ ਨੇ ਲੜ ਫੜਿਆ, ਅੱਡ ਅੱਡ ਪਾਰਟੀਆਂ ਛੱਡ ਕੇ ਇਸ ਨੂੰ ਵੈਲਕਮ ਕੀਤਾ, ਉਹਨਾਂ ਨੂੰ ਪਤਾ ਹੈ ਕਿ ਜਿਹੜੀ ਮੁੱਖ ਪਾਰਟੀ ਅਕਾਲੀ ਦਲ ਲੜ ਰਹੀ ਹੈ ਘੜੇ 'ਚ ਵੱਡੀ ਇੱਕ ਦੂਜੇ ਨੂੰ ਖੁਦ ਹੀ ਮਾਰਦੇ ਲੱਗੇ ਹੋਏ, ਉਹਨਾਂ ਨੂੰ ਬਚਾ ਪਹੁੰਚ ਸਕਦਾ, ਇਸ ਕਰਕੇ ਉਹਨਾਂ ਦਾ ਵਿਸ਼ਵਾਸ ਕਾਂਗਰਸ 'ਚ ਆਇਆ ਕਿ ਕਾਂਗਰਸ ਦੇ ਨਾਲ ਸਕੂਲ ਵੀ ਸਾਡੇ ਸ਼ਾਮਲ ਹੋਏ। ਅਸੀਂ ਸਾਡਾ ਕੋਈ ਤਲਕ ਨਹੀਂ, ਇਹ ਤਾਂ ਆਪਣਾ ਇੱਕ ਦੂਜੇ ਦੀ ਜ਼ੋਰ ਅਜਮਾਈ ਕਰ ਰਹੇ ਅਕਾਲੀ ਦਲ, ਇੱਥੋਂ ਬਿਲਕੁਲ ਪੱਕੀ ਮੋਹਰ ਲਾ ਦਿੱਤੀ ਕਿ ਅਕਾਲੀ ਦਲ ਟੋਟਲੀ ਹੁਣ ਕਬੱਡੀ ਵਿਧਨ ਪਾਰਟੀ ਖੇਡ ਰਿਹਾ, ਇਹਨਾਂ ਦਾ ਜਿਹੜਾ ਹੈਗਾ ਨਾ ਇਸ ਵਕਤ ਵਿਧਨ ਪਾਰਟੀ ਅਕਾਲੀ ਦਲ ਦਾ ਮੈਚ ਹੋ ਰਿਹਾ, ਜਿਹਦੇ ਵਿੱਚ ਟੋਟਲ ਅਕਾਲੀ ਦਲ A ਟੂ Z ਵੰਡਿਆ ਗਿਆ,
ਟੁਕੜਿਆਂ ਦੇ ਵਿੱਚ ਤੇ ਇਹ ਸਿਆਸੀ ਭਵਿੱਖ ਇਹਨਾਂ ਦਾ ਖਤਮ ਹੋਣ ਤੇ ਮੋਹਰ ਲਾਉਂਦੀਆਂ ਨੇ ਇਹ ਰਹਿੰਦੀਆਂ। ਇੱਕ ਟਰੰਪ ਆ ਰਹੇ ਨੇ ਜੀ ਇੱਥੇ ਅਮਰੀਕਾ ਦੇ ਰਾਸ਼ਟਰਪਤੀ, ਉਹ ਕਰੋੜਾਂ ਰੁਪਏ ਜਿਹੜਾ ਇੰਡੀਆ ਦਾ ਖਰਚ ਹੋ ਰਿਹਾ ਉਹਨੂੰ ਕਿਵੇਂ ਦੇਖਦੇ? ਦੇਖੋ ਇਹ ਤਾਂ ਸਾਰੇ ਨਵੀਂ ਗੱਲ ਨਹੀਂ ਹੈ, ਤਾਂ ਹਮੇਸ਼ਾ ਆਉਂਦੇ ਰਹਿੰਦੇ ਆ। ਅਸੀਂ ਉਹਨਾਂ ਮੁਲਕਾਂ ਤੋਂ ਕੀ ਲੈ ਸਕਦੇ ਹਾਂ, ਸਾਡੇ ਮੁਲਕ ਤੋਂ ਕੀ ਫਾਇਦਾ ਦੇ ਸਕਦੇ ਆ, ਇਹ ਡਿਸਕਸ਼ਨਾਂ ਹੁੰਦੀਆਂ। ਅੱਜ ਕੋਈ ਪਹਿਲੀ ਵਾਰ ਨਹੀਂ ਟਰੰਪ ਆ ਰਿਹਾ, ਇਦੋਂ ਪਹਿਲਾਂ ਹੀ ਬਹੁਤ ਆਏ ਨੇ, ਰਾਸ਼ਟਰਪਤੀ ਆਉਂਦੇ ਰਹਿੰਦੇ ਆ। ਇਸ ਰੂਟੀਨ ਮੈਟਰ ਔਰ ਇਹਦੇ ਵਿੱਚ ਸਮਝਦੇ ਆ ਕਿ ਸਾਡੇ ਦੇਸ਼ ਦਾ ਭਵਿੱਖ ਹੋਣ ਵਾਲਾ, ਸਾਡੀ ਪਾਰਟੀ ਦੀ ਜਿਹੜੀ ਹਿੰਦੁਸਤਾਨੀ ਸਰਕਾਰ ਹੈ ਉਹਨਾਂ ਨੂੰ ਇਸ ਗੱਲ ਨੂੰ ਹਿੱਤ ਵਿੱਚ ਰੱਖ ਕੇ ਕਿ ਸਾਨੂੰ ਅਮਰੀਕਾ ਵਰਗੀ ਕੰਟਰੀ ਤੋਂ ਕੀ ਫਾਇਦਾ ਹੋ ਸਕਦਾ, ਸਾਡੀ ਆਰਥਿਕਤਾ ਨੂੰ ਦੇਖਦੇ ਹੋਏ ਇੱਥੇ ਉਹਨਾਂ ਤੋਂ ਵੱਧ ਤੋਂ ਵੱਧ ਫਾਇਦਾ ਲੈਣ। ਇਸ ਮੌਕੇ ਵੱਖ ਵੱਖ ਪਿੰਡਾਂ ਵਿੱਚ 400 ਪਰਿਵਾਰਾਂ ਦਾ ਅਕਾਲੀ ਦਲ ਛੱਡ ਕੇ ਕਾਂਗਰਸ 'ਚ ਸ਼ਾਮਿਲ ਹੋਣ ਤੇ ਬੀਬੀ ਪੱਠਲ ਵੱਲੋਂ ਸਵਾਗਤ ਕੀਤਾ ਗਿਆ ਤੇ ਪੂਰਨ ਸਤਿਕਾਰ ਦਾ ਭਰੋਸਾ ਦਿੱਤਾ ਗਿਆ। ਸਵੇਰਾ ਟਾਈਮਸ ਲਈ ਲਹਿਰਾ ਗਾਗਾ ਤੋਂ ਗਗਨਦੀਪ ਦੀ ਰਿਪੋਰਟ। ਜਲੰਧਰ ਨਗਰ ਨਿਗਮ ਦੇ ਕਰਮਚਾਰੀਆਂ ਨੇ ਸ਼ਹਿਰ ਦੀ ਸਫਾਈ ਦਾ ਕੰਮ ਠੇਕੇ ਤੇ ਦਿੱਤੇ ਜਾਣ ਦਾ ਵਿਰੋਧ ਕਰਦਿਆਂ ਰੋਸ ਧਰਨਾ ਦਿੱਤਾ। ਕਰਮਚਾਰੀਆਂ ਦੀ ਮੰਗ ਹੈ ਨਿਗਮ ਵੱਲੋਂ ਕੱਚੇ ਕਾਮਿਆਂ ਨੂੰ ਪੱਕੇ ਕਰਕੇ ਸਫਾਈ ਦਾ ਕੰਮ ਉਹਨਾਂ ਤੋਂ ਕਰਵਾਇਆ ਜਾਵੇ। ਉਹਨਾਂ ਦੋਸ਼ ਲਗਾਇਆ ਕਿ ਦੋ ਵਿਧਾਇਕਾਂ ਨੂੰ ਆਰਥਿਕ ਲਾਭ ਦੇਣ ਲਈ ਸਫਾਈ ਦਾ ਕੰਮ ਠੇਕੇ ਤੇ ਦਿੱਤਾ ਜਾ ਰਿਹਾ ਹੈ। ਜਲੰਧਰ ਨਗਰ ਨਿਗਮ 'ਚ ਕੰਮ ਕਰਨ ਵਾਲੇ ਸਫਾਈ ਕਰਮਚਾਰੀਆਂ ਵੱਲੋਂ ਪੰਜਾਬ ਸਰਕਾਰ ਦੇ ਠੇਕਾ ਪ੍ਰਣਾਲੀ ਦੇ ਅੰਤਰਗਤ ਕੀਤੀਆਂ ਜਾਣ ਵਾਲੀਆਂ ਨਿਯੁਕਤੀਆਂ ਦੇ ਵਿਰੋਧ 'ਚ ਅੱਜ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ, ਜਿਸ ਦੇ ਚੱਲਦੇ ਯੂਨੀਅਨ ਦੇ ਮੈਂਬਰਾਂ ਵੱਲੋਂ ਕੰਮ ਵੀ ਠੱਪ ਰੱਖਿਆ ਗਿਆ। ਯੂਨੀਅਨ ਦੇ ਆਗੂਆਂ ਦੀ ਮੰਗ ਹੈ ਕਿ ਠੇਕਾ ਪ੍ਰਣਾਲੀ ਦੇ ਅੰਦਰ ਮੁਲਾਜ਼ਮਾਂ ਦੀ ਭਰਤੀ ਨਾ ਕੀਤੀ ਜਾਵੇ ਤੇ ਸਾਰੇ ਮੁਲਾਜ਼ਮਾਂ ਨੂੰ ਪੱਕੇ ਤੌਰ ਤੇ ਰੱਖਿਆ ਜਾਵੇ ਤੇ ਪੁਰਾਣੇ ਠੇਕੇ ਤੇ ਰੱਖੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇ। ਉੱਥੇ ਨਗਰ ਨਿਗਮ ਦੇ ਸਫਾਈ ਠੇਕੇਦਾਰਾਂ ਵੱਲੋਂ ਕਰਮਚਾਰੀਆਂ ਨੂੰ ਨਾਲ ਲੈ ਕੇ ਸਫਾਈ ਕਰਨ ਲਈ ਗੱਡੀਆਂ ਲੈ ਕੇ ਜਦੋਂ ਪ੍ਰਤਾਪ ਬਾਗ ਡੰਪ ਤੇ ਪਹੁੰਚੇ ਤਾਂ ਕੁਝ ਲੋਕਾਂ ਵੱਲੋਂ ਉਹਨਾਂ ਦੀਆਂ ਗੱਡੀਆਂ ਦੇ ਸ਼ੀਸ਼ੇ ਤੋੜੇ ਗਏ, ਜਿਸ ਨੂੰ ਲੈ ਕੇ ਜਲੰਧਰ ਦੇ ADCP ਕ੍ਰਾਈਮ ਗੁਰਮੀਤ ਸਿੰਘ, ਨਿਗਮ ਕਮਿਸ਼ਨਰ ਦੀਪ੍ਰਵਾਹ ਲਾਕੜਾ ਮੌਕੇ ਤੇ ਪਹੁੰਚੇ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਲਿਫਟਿੰਗ ਕਾਰਪੋਰੇਸ਼ਨ ਦੇ ਜਿਹੜੇ ਅਫਸਰ ਨੇ ਮੌਕੇ ਤੇ ਹਾਜ਼ਰ ਹੈ ਔਰ ਲਿਫਟਿੰਗ ਹੋ ਰਹੀ ਹੈ ਔਰ ਇਹਦੇ ਵਿੱਚ ਕੋਈ ਸ਼ਰਾਰਤੀ ਬੰਦੇ ਨੇ ਸ਼ਰਾਰਤ ਕੀਤੀ ਹੈ ਅਤੇ ਉਹ ਜੋ ਵੀ ਸਾਨੂੰ ਇਹਦੇ ਬਾਰੇ ਕੰਪਲੇਨ ਮਿਲੇਗੀ ਅਸੀਂ ਉਹਦੇ ਮੁਤਾਬਕ ਕਾਰਵਾਈ ਕਰਾਂਗੇ ਔਰ ਜਿਹੜੇ ਸਾਡੇ ਜਿੱਥੇ ਜਿੱਥੇ ਵੀ ਕੋਈ ਇਹੋ ਜਿਹੇ ਲਿਫਟਿੰਗ ਦਾ ਕੰਮ ਉੱਥੇ ਸਾਡੀ ਫੋਰਸ ਪ੍ਰੋਪਰ ਲੱਗੀ ਹੋਈ ਹੈ ਅਤੇ ਬਾਕੀ ਪੀਸਫੁਲ ਚੱਲ ਰਿਹਾ ਸਾਡਾ ਸਿਸਟਮ। ਅੱਜ ਦੀ ਜਿਹੜੀ ਅਸੀਂ ਹੜਤਾਲ ਕੀਤੀ ਅੱਜ ਤੋਂ ਸ਼ੁਰੂ ਹੋਈ ਹੈ ਇਹ ਇੱਥੇ ਦੇ ਜਿਹੜੇ ਮੇਅਰ ਹੈ ਔਰ ਇਹ ਦੋ ਕੁ ਵਿਧਾਇਕ ਨਾਲ ਰਲੇ ਹੋਏ ਆ ਜਿਹੜੇ ਕਾਨੂੰਨ ਦੀ ਸ਼ਰੇਆਮ ਉਲੰਘਣਾ ਕਰਦੇ ਆ। ਸੁਪਰੀਮ ਕੋਰਟ ਔਰ ਹਾਈ ਕੋਰਟ ਦੀ ਜਿਹੜੀ ਜੱਜਮੈਂਟ ਹੈਗੀ ਉਹਦੇ ਤਹਿਤ ਇੱਕ ਕਲੀਅਰ ਕੱਟ ਉਹਨਾਂ 'ਚ ਲਿਖਿਆ ਹੋਇਆ ਕਿ ਜਿਹੜੀ ਇਹਨਾਂ ਦੀ ਸਿਵਰਮੈਨਾਂ ਦੀ ਭਰਤੀ ਉਹ ਠੇਕੇ 'ਤੇ ਨਹੀਂ ਕੀਤੀ ਜਾ ਸਕਦੀ ਕਿਤੇ ਵੀ, ਪਰ ਇਹ ਆਪਣੇ ਲਾਲਚ ਲਈ ਆਪਣੇ ਸਵਾਰਥ ਲਈ ਆਪਣੀ ਕਮਿਸ਼ਨਬਾਜ਼ੀ ਲਈ, ਕਿਉਂਕਿ ਸਾਨੂੰ ਜੋ ਪਤਾ ਲੱਗਾ ਭਾਵੇਂ ਇਹਨਾਂ ਨੇ ਚਿਹਰਾ ਮੋਹਰਾ ਤਾਂ ਸਾਡੇ ਸਮਾਜ ਦਾ ਕੋਈ ਬੰਦਾ ਬਣਾ ਕੇ ਰੱਖ ਦਿੱਤਾ, ਪਰ ਅਸਲ ਦੇ ਪਿੱਛੇ ਜਿਹੜੀ ਕਹਾਣੀ ਆ ਜਿਹਨੂੰ ਲੈ ਕੇ ਪੂਰੇ ਸ਼ਹਿਰ ਵਾਸੀਆਂ ਨੂੰ ਪਤਾ ਕਿ ਜਿੰਨੇ ਠੇਕੇ ਅੱਜ ਮਿਲਣ ਡੇ ਕਿਸ ਵਿਧਾਇਕ ਦੇ ਬੰਦਿਆਂ ਨੂੰ ਮਿਲਣ ਡੇ ਹੋਏ ਆ, ਉਸੇ ਵਿਧਾਇਕ ਦਾ ਇਹ ਵੀ ਠੇਕਾ ਆ। ਤਾਂ ਕਹਿਣ ਦੀ ਗੱਲ ਇਹ ਆ ਵੀ ਇੱਕ ਤਰ੍ਹਾਂ ਇਹ ਗੰਦ ਖਾਣ ਤੱਕ ਆ ਗਏ ਆ, ਜਦੋਂ ਅਸੀਂ ਇਹਨਾਂ ਦੀ ਕਮਾਈ ਵੱਲ ਨੂੰ ਦੇਖਦੇ ਹਾਂ ਇਹ 'ਚੋਂ 5 ਲੱਖ ਰੁਪਈਆ ਮਹੀਨਾ ਇਹਨਾਂ ਨੂੰ ਬਚਣਾ ਆ ਤਾਂ ਇਹ ਬਜਿੱਦ ਹੋਏ ਪਏ ਆ। ਤਾਂ ਇਹ ਠੇਕੇਦਾਰੀ ਪ੍ਰਥਾ ਦਾ ਅਸੀਂ ਵਿਰੋਧ ਕਰਦੇ ਹਾਂ, ਅਸੀਂ ਕੈਪਟਨ ਸਾਹਿਬ ਨੂੰ ਵੀ ਬੇਨਤੀ ਕਰਦੇ ਹਾਂ ਸ਼ਹਿਰ ਨੂੰ ਜੇ ਝੁਲਸੇ ਮਤਲਬ ਅੱਗ ਦੇ ਵਿੱਚ ਜੇ ਝੁਲਸਾਉਣਾ ਚਾਹੁੰਦੇ ਆ ਤਾਂ ਇਹ ਸਾਰੀ ਜਿਹੜੀ ਜ਼ਿੰਮੇਵਾਰੀ ਹੈਗੀ ਇੱਥੇ ਦੇ ਦੋ ਵਿਧਾਇਕਾਂ ਦੀ ਅਤੇ ਇੱਕ ਮੇਅਰ ਦੀ ਹੈਗੀ ਹੈ। ਤਾਂ ਅਸੀਂ ਉਹਨਾਂ ਨੂੰ ਬੇਨਤੀ ਕਰਦੇ ਹਾਂ ਇਹਦੇ ਵਿੱਚ ਆਪਣਾ ਜਾਤੀ ਦਖਲ ਦੇ ਕੇ ਇਸ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਸਮਝਣ ਤਾਂ ਜੋ ਇਹ ਲੋਕ ਜਿਹੜੇ ਵਿਚਾਰੇ ਆਪਣੇ ਹੱਥੀਂ ਕੰਮ ਕਰਕੇ ਜਿਹੜਾ ਐਡਾ ਗੰਦਾ ਕੰਮ ਕਰਦੇ ਆ, ਸਫਾਈ ਦਾ ਕੰਮ ਜਿਹੜਾ ਕਿੱਤੇ ਦਾ ਕੰਮ ਆ, ਪਹਿਲਾਂ ਬੰਦੇ ਦੀ ਆਤਮਾ ਦਾ ਮਰਨਾ ਹੁੰਦਾ ਫਿਰ ਉਹ ਕਿਤੇ ਸੀਵਰ 'ਚ ਜਾ ਵੜਦੇ ਆ, ਤਾਂ ਉਹਨਾਂ ਦੇ ਪਰਿਵਾਰਾਂ ਦੀ ਕੋਈ ਸਿਕਿਉਰਿਟੀ ਨਹੀਂ ਹੈਗੀ। ਅਸੀਂ ਠੇਕੇਦਾਰੀ ਪ੍ਰਥਾ ਦਾ 2003 ਤੋਂ ਲਗਾਤਾਰ ਹੀ ਅਸੀਂ ਵਿਰੋਧ ਕਰਦੇ ਆਏ, ਚਾਹੇ ਗੌਰਮੈਂਟ ਜਿਹੜੀ ਮਰਜ਼ੀ ਹੋਵੇ ਅੱਜ ਵੀ ਅਸੀਂ ਵਿਰੋਧ 'ਚ ਹਾਂ ਅਤੇ ਅਸੀਂ ਬੇਨਤੀ ਕਰਦੇ ਹਾਂ ਵੀ ਇਹ ਜਿਹੜੀ ਪ੍ਰਥਾ ਹੈ ਇਹਨੂੰ ਬੰਦ ਕੀਤਾ ਜਾਵੇ। ਤਾਂ ਕਿਹੜੇ ਵਿਧਾਇਕ ਹੈਗੇ ਆ ਜਿਹੜੇ ਕਿ ਇਸ ਪ੍ਰਥਾ ਦੇ ਪਿੱਛੇ ਚੱਲਦੇ ਪਏ ਆ? ਜੋ ਅਖਬਾਰਾਂ ਰਾਹੀਂ ਸਾਨੂੰ ਪਤਾ ਲੱਗਾ ਜੀ, ਇੱਕ ਨੌਰਥ ਦਾ ਵਿਧਾਇਕ ਆ ਅਤੇ ਇੱਕ ਸੈਂਟਰ ਦਾ ਵਿਧਾਇਕ ਆ, ਇਹ ਕਹਿੰਦੇ ਆ ਜੀ ਵੀ ਇਹ ਸਮਾਜ ਨੂੰ, ਕਿਉਂਕਿ ਇਹਨਾਂ ਦੀ ਮੈਂਟੈਲਿਟੀ ਇਹ ਰਹੀ ਹੈ ਹਮੇਸ਼ਾ ਤੋਂ, ਇਹ ਸੋਚ ਹੀ ਇਹਨਾਂ ਦੀ ਇਹ ਰਹੀ ਹੈ ਵੀ ਇਸ ਸਮਾਜ ਨੂੰ ਦਬਾਉਣਾ ਕਿੱਦਾਂ ਹੈ। ਤਾਂ ਦਬਾਉਣ ਦੀ ਕਵਾਇਦ ਹੈਗੀ ਹੈ ਇਹ ਦੋ ਮੇਰੇ ਜੋ ਅਖਬਾਰਾਂ 'ਚ ਅਸੀਂ ਪੜ੍ਹਿਆ ਤਾਂ ਜੋ ਸਾਨੂੰ ਲੋਕਾਂ ਤੋਂ ਪਤਾ ਲੱਗਦਾ ਕਿ ਇਹ ਦੋਨਾਂ ਨੂੰ ਜ਼ਿਆਦਾ ਅੱਗ ਲੱਗੀ ਹੋਈ ਹੈ, ਬਾਕੀ ਤਾਂ ਪਤਾ ਨਹੀਂ। ਮੇਅਰ ਤਾਂ ਫਿਰ ਹੈ ਹੀ ਇਹਨਾਂ ਦਾ ਬਾਜਾ, ਜੋ ਇਹਨਾਂ ਨੇ ਬਜਾਈ ਜਾਣਾ ਉਹ ਬੱਜੀ ਜਾਣਾ। ਤੁਸੀਂ ਸਰਕਾਰ ਤੋਂ ਕੀ ਮੰਗ ਕਰਦੇ ਹੋ? ਅਸੀਂ ਮੰਗ ਕਰਦੇ ਹਾਂ ਵੀ ਠੇਕੇਦਾਰੀ ਪ੍ਰਥਾ ਥਰੂ ਆਊਟ ਪੰਜਾਬ ਦੇ ਵਿੱਚ ਖਤਮ ਕੀਤੀ ਜਾਵੇ, ਆਹ ਜਿਹੜੀ ਕਾਨੂੰਨ ਨੂੰ ਛਿੱਕੇ ਟੰਗ ਕੇ ਜਿਹੜੀ ਇਹਨਾਂ ਨੇ ਭਰਤੀ ਕੀਤੀ ਆ ਬਿਲਕੁਲ ਗੈਰ ਵਾਜਬ ਆ, ਬਿਲਕੁਲ ਗਲਤ ਆ, ਇਹਨੂੰ ਬੰਦ ਕੀਤਾ ਜਾਵੇ, ਮਤੇ ਨੂੰ ਰੱਦ ਕੀਤਾ ਜਾਵੇ। ਜਲੰਧਰ ਤੋਂ ਵਿਨੇ ਸ਼ਰਮਾ, ਦੈਨਿਕ ਸਵੇਰਾ ਟੀਵੀ।
मानसा च खुदकुशियां कर चुके परिवारां दी आर्थिक मदद लई आम लोकां वल्लों बीड़ा चुकिया गया। बुलारिया ने कहा कि सिर्फ किसानी दी ही गल नहीं सगो खेती नाल जुड़े होर वर्ग जिवें खेत मजदूर छोटे कारीगर आदि दे परिवारां दी आर्थिक हालत भी बहुत वधिया नहीं है जिस कारण अजिहे परिवारां दी मदद लई सानू अगे आना चाहीदा है। मानसा जिले च खुदकुशी कर चुके किसान अते मजदूर पीड़ित परिवार कमेटी वालों एक समागम आयोजित किया गया जिस विच किसानां वालों खुदकुशी करन दा मुद्दा चुकया गया। दस दईए कि इस दौरान सरकार वालों दित्ती जा रही मदद ते सवाल भी चुके गए। इस मौके बुद्धिजीवियों ने कहा कि सरकार दी मदद पीड़ित परिवारां तक नहीं पहुंचदी अते सरकारी फाइलां च आर्थिक मदद गायब हो जाती है। पीड़ित परिवार जिथे कर्ज दे बोझ हेठां जीण नूं मजबूर ने उत्थे ही परिवार नूं पालण दी जिम्मेवारी भी किसानां दीआं विधवावां ते सिर ते है जिस दे चलदिआं कमेटी ने फैसला कीता है कि पीड़ित परिवार दी मदद कीती जावे। कल्ले किसानां दा रौला नहीं हैगा, इह खेती नाल जुड़े सारे वर्गां दा रौला है। किसान है, खेत मजदूर है, छोटा पेंडू कारीगर है, इह उहनां नूं राष्ट्रीय आमदन चों इन्ना घट हिस्सा दित्ता जांदा है कि उह आपदी आमदन नाल दो डंगां दी रोटी वी उहनां नूं नसीब नहीं हुंदी। इस लई जिहड़े कर्जे माफ़ी वालीआं गल्लां ने उहदे बारे साडी राजसी पार्टियां वादे ते दावे बहुत करदियां ने पर जदों उहनां नूं पूरे करना हुंदा है ਤਾਂ ਉਹ ਤੋਂ ਮੁੱਕਣ ਲੱਗੇ ਉਹਨਾਂ ਟਾਈਮ ਮਿਲ ਲਾਉਂਦੇ ਜਿੰਨੇ ਵਾਅਦੇ ਦਾਅਵੇ ਕਰਨ ਨੂੰ ਲਾਇਆ ਜਾ ਰਿਹਾ ਹੈਗਾ। ਮਾਨਸਾ ਜ਼ਿਲ੍ਹੇ ਵਿੱਚ ਜਦੋਂ ਇਹ ਖੁਦਕੁਸ਼ੀ ਪੀੜਿਤ ਪਰਿਵਾਰ ਇਕੱਠੇ ਹੋਏ ਸਨ ਤਾਂ ਉਸ ਮੌਕੇ ਇਹਨਾਂ ਭੈਣਾਂ ਧੀਆਂ ਨੂੰ ਰੋਂਦਿਆਂ ਹੋਇਆਂ ਸਾਡੇ ਕੋਲ ਨਹੀਂ ਦੇਖਿਆ ਗਿਆ ਤਾਂ ਇਹਨਾਂ ਵੀਰਾਂ ਨੂੰ ਦਾਸ ਨੇ ਬੇਨਤੀ ਕੀਤੀ ਸੀ ਕਿ ਧੰਨ ਗੁਰੂ ਨਾਨਕ ਪਾਤਸ਼ਾਹ ਦਾ 550 ਸਾਲਾ ਪੁਰਬ ਆਪਾਂ ਮਨਾਉਣ ਜਾ ਰਹੇ ਹਾਂ ਅਤੇ ਆਪਾਂ ਇਹਨਾਂ ਬੱਚਿਆਂ ਦੀ ਪੜ੍ਹਾਈ ਦੇ ਲਈ ਸੇਵਾ ਲਈ ਅੱਗੇ ਆਈਏ। ਸੋ ਇਹਨਾਂ ਸਾਡੇ ਸਾਰੇ ਪਿੰਡ ਬਚਾਓ ਪੰਜਾਬ ਬਚਾਓ ਜਿਹੜੇ ਵੀਰ ਨੇ ਇਹਨਾਂ ਨੇ ਸੇਵਾ ਫਾਊਂਡੇਸ਼ਨ ਟਰੱਸਟ ਬਣਾ ਕੇ ਆਪਣੀ ਜ਼ਿੰਮੇਵਾਰੀ ਜਿਹੜੀ ਹੈ ਆਪਣੇ ਸਿਰ 'ਤੇ ਲਈ ਹੈ। ਸਰਕਾਰ ਨਹੀਂ ਕਰਦੀ, ਰਾਜਨੀਤਿਕ ਨਹੀਂ ਕਰਦੇ, ਜੇ ਅਸੀਂ ਉਹਨਾਂ ਨੂੰ ਕੋਸੀ ਜਾਵਾਂਗੇ ਤਾਂ ਅਸੀਂ ਵੀ ਇਹਨਾਂ ਲਈ ਕੁਝ ਨਹੀਂ ਕਰਾਂਗੇ, ਇਹ ਵਿਚਾਰੇ ਕਿੱਥੇ ਜਾਣਗੇ। ਇਸ ਕਰਕੇ ਅਸੀਂ ਸਰਕਾਰ ਦੀ ਪਰਵਾਹ ਕੀਤੇ ਤੋਂ ਬਗੈਰ, ਹੋਰ ਕਿਸੇ ਦੀ ਪਰਵਾਹ ਕੀਤੇ ਤੋਂ ਬਗੈਰ, ਕੇਵਲ ਇੱਕ ਇਨਸਾਨੀ ਨਾਤੇ ਜਿੱਥੇ ਸਾਨੂੰ ਗੁਰੂ ਨਾਨਕ ਜੀ ਨੇ ਕਿਹਾ ਕਿ ਵਿੱਚ ਦੁਨੀਆ ਸੇਵ ਕਮਾਈਏ ਤਾਂ ਦਰਗਾਹ ਬੈਸਣ ਪਾਈਏ, ਅਸੀਂ ਆਪਣੀ ਇੱਕ ਇਨਸਾਨੀ ਜ਼ਿੰਮੇਵਾਰੀ ਨੂੰ ਅੱਗੇ ਰੱਖ ਕੇ ਉਦਮ ਸ਼ੁਰੂ ਕੀਤਾ ਹੈ। ਜਿਹੜੀਆਂ ਗੱਲਾਂ ਸਰਕਾਰ ਨੂੰ ਕਹਿਣ ਵਾਲੀਆਂ ਨੇ ਉਹ ਵੀ ਅਸੀਂ ਆਪਣੇ ਢੰਗ ਨਾਲ ਕਹਿਣ ਦਾ ਪੂਰਾ ਜ਼ੋਰ ਲਾ ਰਹੇ ਹਾਂ। ਸਵੇਰਾ ਟਾਈਮਸ ਲਈ ਮਾਨਸਾ ਤੋਂ ਕੁਲਬੀਰ ਸਿੰਘ ਦੀ ਰਿਪੋਰਟ। ਖਡੂਰ ਸਾਹਿਬ ਦੇ ਪਿੰਡ ਮੀਆਂ ਵਿੰਡ 'ਚ 14 ਸਾਲਾਨਾ ਕਬੱਡੀ ਕੱਪ ਕਰਵਾਇਆ ਗਿਆ। ਇਸ ਕਬੱਡੀ ਕੱਪ ਵਿੱਚ ਪੰਜਾਬ ਦੀਆਂ ਚੋਟੀ ਦੀਆਂ ਟੀਮਾਂ ਨੇ ਹਿੱਸਾ ਲਿਆ। ਇਸ ਤੋਂ ਇਲਾਵਾ ਇਸ ਮੌਕੇ ਇੱਕ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ। ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਬਾਬਾ ਬਕਾਲਾ ਦੇ ਸਾਬਕਾ ਵਿਧਾਇਕ ਮਨਜੀਤ ਸਿੰਘ ਮੰਨਾ ਦੇ ਸਵਰਗੀ ਪਿਤਾ ਮਾਸਟਰ ਮਹਿੰਦਰ ਸਿੰਘ ਦੀ ਯਾਦ ਵਿੱਚ 14ਵਾਂ ਸਾਲਾਨਾ ਕਬੱਡੀ ਕੱਪ ਅਤੇ ਸੱਭਿਆਚਾਰ ਮੇਲਾ ਪਿੰਡ ਮੀਆਂ ਵਿੰਡ ਮਾਸਟਰ ਮਹਿੰਦਰ ਸਿੰਘ ਸਟੇਡੀਅਮ ਵਿਖੇ ਕਰਵਾਇਆ ਗਿਆ। ਇਸ ਉਪਰੰਤ ਸੁਖਮਣੀ ਸਾਹਿਬ ਦੇ ਭੋਗ ਪਾਏ ਗਏ ਅਤੇ ਗੁਰੂ ਕਾ ਲੰਗਰ ਵੀ ਅਟੁੱਟ ਵਰਤਾਇਆ ਗਿਆ। ਇਸ ਤੋਂ ਬਾਅਦ ਕਬੱਡੀ ਦੇ ਮੈਚ ਵੱਖ ਵੱਖ ਕਲੱਬਾਂ ਦੀਆਂ ਟੀਮਾਂ ਵਿਚਕਾਰ ਹੋਏ ਜਿਸ ਵਿੱਚ ਲੜਕੀਆਂ ਦੀ ਕਬੱਡੀ, ਛੋਟੇ ਬੱਚਿਆਂ ਦੀ ਐਕਸ਼ਨ ਕਬੱਡੀ ਅਤੇ ਮੋਟਰਸਾਈਕਲ ਦੇ ਕਰਤੱਵ ਵੀ ਦਿਖਾਏ ਗਏ। ਬਜ਼ੁਰਗਾਂ ਦੀ ਯਾਦ ਦੇ ਵਿੱਚ ਹਰ ਸਾਲ ਸਾਲਾਨਾ ਟੂਰਨਾਮੈਂਟ ਜਿਹੜਾ ਮੀਆਂ ਵਿੰਡ ਸਟੇਡੀਅਮ ਦੇ ਵਿੱਚ ਟੂਰਨਾਮੈਂਟ ਕਰਵਾਇਆ ਜਾਂਦਾ ਔਰ ਅੱਜ ਅਸੀਂ ਸਾਰੇ ਇੱਥੇ ਉਹਨਾਂ ਦੇ ਸੱਦੇ 'ਤੇ ਪਹੁੰਚੇ ਹੋਏ ਹਾਂ। ਜਿੱਦਾਂ ਮੇਰੇ ਤੋਂ ਪਹਿਲਾਂ ਰਣੀਕੇ ਸਾਹਿਬ ਨੇ ਕਿਹਾ ਕਿ ਸਾਡਾ ਵੀਰ ਮਨਜੀਤ ਸਿੰਘ ਮੰਨਾ ਜੀ ਬੜੇ ਮਿਹਨਤੀ, ਉਦਮੀ, ਹਿੰਮਤੀ ਔਰ ਅਸੀਂ ਤਾਂ ਉਹ ਸੱਚੇ ਪਾਤਸ਼ਾਹ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਕਿ ਜਿਸ ਤਰ੍ਹਾਂ ਇਹ ਹਮੇਸ਼ਾ ਵੱਡਿਆਂ ਵਡੇਰਿਆਂ ਦੀਆਂ ਆਪਦੀਆਂ ਦੀਆਂ ਯਾਦਾਂ ਮਨਾਉਂਦੇ ਆ ਔਰ ਵੱਡਿਆਂ ਦਾ ਓਟ ਆਸਰਾ ਲੈ ਕੇ ਚੱਲਦੇ ਆ, ਉਹ ਸੱਚੇ ਪਾਤਸ਼ਾਹ ਵਾਹਿਗੁਰੂ ਇਹਨਾਂ ਦੇ ਮਿਹਰ ਭਰਿਆ ਆਪਦਾ ਹੱਥ ਰੱਖੇ। ਆਉਣ ਵਾਲੇ ਸਮੇਂ ਦੇ ਵਿੱਚ ਇਸੇ ਤਰ੍ਹਾਂ ਹੀ ਸੰਗਤਾਂ ਦਾ ਪਿਆਰ ਸਤਿਕਾਰ ਜਿਹੜਾ ਹੈ ਕਬੂਲਦੇ ਰਹਿਣ ਤਾਂ ਕਿ ਜਿਸ ਤਰ੍ਹਾਂ ਇਹ ਪਹਿਲਾਂ ਇਸ ਹਲਕੇ ਤੋਂ ਲੋਕਾਂ ਦਾ ਮਾਣ ਸਤਿਕਾਰ ਲੈ ਕੇ ਚੱਲਦੇ ਰਹੇ ਨੇ, ਆਉਣ ਵਾਲੇ ਸਮੇਂ ਦੇ ਵਿੱਚ ਵੀ ਉਸੇ ਤਰ੍ਹਾਂ ਇਹਨਾਂ ਦਾ ਜਿਹੜਾ ਮਾਣ ਸਤਿਕਾਰ ਇਹਨਾਂ ਨੂੰ ਸੰਗਤਾਂ ਦਿੰਦੇ ਰਹੇ, ਬਹੁਤ ਬਹੁਤ ਧੰਨਵਾਦ। ਬੱਚਿਆਂ ਦੇ ਮੈਚ ਹੋਣੇ ਆ, ਲੜਕੀਆਂ ਦਾ ਸ਼ੋ ਮੈਚ ਹੋਣਾ ਤੇ ਉਸ ਦੇ ਨਾਲ ਨਾਲ ਸੱਭਿਆਚਾਰਕ ਪ੍ਰੋਗਰਾਮ ਵੀ ਜਿਹੜਾ ਸ਼ਾਮ ਨੂੰ ਉਹ ਕਰਵਾਇਆ ਜਾ ਰਿਹਾ। ਅੱਜ ਦੇ ਜਿਹੜੇ ਕਬੱਡੀ ਦੇ ਮੈਚ ਹੋਣੇ ਨੇ ਇਹਨਾਂ ਦੇ ਵਿੱਚ ਸਾਡੇ ਇਹਨਾਂ ਖਿਡਾਰੀ ਵੀਰਾਂ ਨੂੰ ਲੱਖਾਂ ਹੀ ਰੁਪਈਆਂ ਦੇ ਨਕਦ ਜਿਹੜੇ ਉਹ ਇਨਾਮ ਦਿੱਤੇ ਜਾਣਗੇ। ਉਸ ਦੇ ਵਿੱਚ ਬੈਸਟ ਜਾਫੀ ਅਤੇ ਬੈਸਟ ਰੇਡਰ ਨੂੰ ਮੋਟਰਸਾਈਕਲ ਦੇ ਨਾਲ ਜਿਹੜਾ ਵਾ ਉਹ ਸਨਮਾਨਿਤ ਕੀਤਾ ਜਾਊਗਾ। ਅਤੇ ਅੱਜ ਸਾਡੇ ਇਲਾਕੇ ਦੀ ਇੱਕ ਹੋਣਹਾਰ ਲੜਕੀ ਸੁਖੀ ਲਿੱਦੜ ਜਿਹੜੀ ਕਿ ਵਰਲਡ ਕਬੱਡੀ ਕੱਪ ਦੇ ਵਿੱਚ ਖੇਡੀ ਆ ਉਹਦਾ ਵੀ ਵਿਸ਼ੇਸ਼ ਤੌਰ 'ਤੇ ਜਿਹੜਾ ਉਹ ਸਨਮਾਨ ਇੱਥੇ ਕੀਤਾ ਜਾਣਾ।
ਖੇਡ ਮੇਲੇ ਵਿੱਚ ਅਕਾਲੀ ਦਲ ਦੀ ਉੱਚ ਲੀਡਰਸ਼ਿਪ ਵਿੱਚੋਂ ਸਾਬਕਾ ਕੈਬਨਿਟ ਮੰਤਰੀ ਗੁਲਜ਼ਾਰ ਸਿੰਘ ਰਾਣੀਕੇ, ਤਲਬੀਰ ਸਿੰਘ ਗਿੱਲ, ਰਵੀਕਰਨ ਸਿੰਘ ਕਾਹਲੋਂ ਨੇ ਵੀ ਸ਼ਿਰਕਤ ਕੀਤੀ ਅਤੇ ਜੇਤੂ ਟੀਮਾਂ ਨੂੰ ਨਕਦੀ ਅਤੇ ਟਰਾਫੀ ਦੇ ਇਨਾਮ ਦਿੱਤੇ। ਮੈਚ ਤੋਂ ਬਾਅਦ ਪਹੁੰਚੇ ਹੋਏ ਪੰਜਾਬ ਦੇ ਮਸ਼ਹੂਰ ਗਾਇਕਾਂ ਵੱਲੋਂ ਆਪਣੇ ਗੀਤਾਂ ਰਾਹੀਂ ਦਰਸ਼ਕਾਂ ਦਾ ਮਨੋਰੰਜਨ ਵੀ ਕੀਤਾ ਗਿਆ। ਸਵੇਰਾ ਟਾਈਮਸ ਲਈ ਖਡੂਰ ਸਾਹਿਬ ਤੋਂ ਰਵੀ ਖਹਿਰਾ ਦੀ ਰਿਪੋਰਟ। ਤੇ ਸਨ ਹੁਣ ਤੱਕ ਦੀਆਂ ਖਬਰਾਂ। ਮੈਨੂੰ ਰਚਨਾ ਨੂੰ ਦਿਓ ਇਜਾਜ਼ਤ। ਹੋਰ ਵਧੇਰੇ ਜਾਣਕਾਰੀ ਲਈ ਵੇਖਦੇ ਰਹੋ ਦੈਨਿਕ ਸਵੇਰਾ ਟੀਵੀ।